जी वेलकम बैक। सो इट्स प्री वर्कआउट मील टाइम। तो मेरा प्री वर्कआउट घोल रहा मेरे कप च। वैसे देसियां का सारा प्री वर्कआउट आ एक ही आ। लेट मी शो यू। ए आ जी चाह। सो चाह मैं पहला भी दस चुका दी इंपोर्टेंस। एंड देयर इज सम कार्ब्स। 3 स्लाइसेस होल वीट ब्रेड विद 5 एग वाइट्स। 5 ग्राम ऑयल दे विच इनू कुक कीता आपां। इट्स अ लेग डे। सो प्री वर्कआउट कार्ब्स अप्रोक्सीमेटली 35 ग्राम। एंड नाल चाह। चाह दे विच मैं थोड़ी जी पाई अज कॉफी। थोड़ा जा अजीब जा कॉम्बीनेशन है बट इट गिव्स मी एन एक्स्ट्रा किक। ਜੇ ਅੱਜ ਸਟ੍ਰੈਚ ਨਾ ਨਾ ਹੋਇਆ ਚੰਗੀ ਤਰ੍ਹਾਂ ਤੇ ਕੱਲ੍ਹ ਮੇਰੇ ਕੋਲ ਕਾਰਡੀਓ ਨਹੀਂ ਹੋਣਾ। ਕਿੱਥਾ ਲੈ ਲਓ ਭਾਈ ਲੋਕਰ ਬੋਰਡ ਹੋਇਆ ਲੈਗ ਤੋਂ ਬਾਅਦ ਜਿਹੜਾ ਅਗਲਾ ਦਿਨ ਕਾਰਡੀਓ ਲੱਗਦਾ ਨਾ ਬਹੁਤ ਜ਼ਰੂਰੀ ਹੈ ਸਟ੍ਰੈਚ ਭਾਈ। ਭਾਜੀ ਪੈਰ ਨਹੀਂ ਚੱਕ ਹੁੰਦਾ ਬੰਦਾ ਕਹਿੰਦਾ ਰੱਬਾ ਝੂਠ ਹੀ ਹੋ ਜੇ। ਇਹ ਫਾਇਦਾ ਮਹਾਰਾਜ ਤੁਸੀਂ ਕਿਸੇ ਸਰਟੀਫਾਈਡ ਪਰਸਨਲ ਟ੍ਰੇਨਰ ਦੇ ਅੰਦਰ ਟ੍ਰੇਨਿੰਗ ਲੈਂਦੇ ਹੋ ਨਾ। ਮੈਨੂੰ ਭਾਜੀ ਮੇਰੇ ਨਾਲ ਇਸ ਪ੍ਰੈਪ ਦੇ ਵਿੱਚ ਮੈਨੂੰ ਟ੍ਰੇਨਿੰਗ ਕਰਾ ਰਹੇ ਨੇ। ਸੋ ਦੇਖੋ ਤੁਸੀਂ ਹੁਣ ਵੀ ਜੇ ਇਹਨਾਂ ਨੇ ਇਹਨਾਂ ਨੂੰ ਪਤਾ ਸਰ ਸਾਰੀਆਂ ਟੈਕਨੀਕਸ ਬਾਰੇ ਭਾਈ ਪਿੱਛੇ ਮਿਹਨਤ ਬਹੁਤ ਹੈ। ਹਾਂ ਇਹ ਸਹੀ ਭਾਈ ਉਦਾਂ ਵੀ ਹਰ ਕੋਈ ਨਹੀਂ ਲਾ ਸਕਦਾ ਭਾਜੀ। ਪਲੇਨ ਹੋ ਗਏ ਹੋਏ ਪਾਸੇ ਯਾਰ ਪਿੱਛੇ ਰਿਹਾ ਹੀ ਕੁਛ ਨਹੀਂ। ਕੱਚੇ ਥੱਲੇ ਡਿੱਗਦੇ ਆ ਪਰ ਅੰਦਰ ਜਿਹੜੀਆਂ ਚੀਜ਼ਾਂ ਨਾ ਅੰਦਰ ਜਿੰਨਾ ਫਾਈਬਰ ਇਕੱਠਾ ਕੀਤਾ ਯਾਰ ਵੀ ਅਸੀਂ ਪਰ ਦੇਖਿਓ ਤੁਸੀਂ ਮੈਂਸ ਫਿਜ਼ੀਕ ਦੇ ਐਥਲੀਟ ਦੇ ਇੰਨਾ ਫਾਈਬਰ ਗਲੂਟ ਦੇ ਵਿੱਚ ਮੈਂ ਆਪ ਨਹੀਂ ਦੇਖਿਆ ਕਦੀ। ਆਪਣੇ ਤਾਂ ਮੈਂ ਦੇਖਿਆ ਹੀ ਨਹੀਂ ਕਦੀ। ਮੈਨੂੰ ਮੈਨੂੰ ਲੱਗਦਾ ਨਹੀਂ ਮੇਰੇ ਗਲੂਟ 'ਚ ਕਦੇ ਫਾਈਬਰ ਆਊਗਾ। ਬਟ ਟੱਚ ਵੁੱਡ ਮਿਹਨਤ ਆ ਪਰਮਾਤਮਾ ਦੀ ਕਿਰਪਾ ਸਭ ਤੋਂ ਪਹਿਲਾਂ। ਅਸੀਂ ਵਰਕਸ਼ਾਪ ਕਰਾਉਣ ਲੱਗੇ ਹਾਂ। ਅਸੀਂ ਆਪ ਲਵਾਂਗੇ ਵਰਕਸ਼ਾਪ ਭਾਜੀ ਲਓਗੇ ਮੈਂ ਲਉਂਗੇ ਮੈਂ ਲਊਂਗਾ ਅਰਸ਼ ਹੋਊਗਾ। ਸੋ ਅਸੀਂ ਰਲ ਕੇ ਤੁਹਾਡੇ ਲਈ ਇਹ ਕਹਿ ਦਿਓ ਵੀ ਉਪਰਾਲਾ ਕਰਨ ਲੱਗੇ ਵੀ ਤੁਹਾਨੂੰ ਈਜ਼ੀ ਲੈਂਗੁਏਜ 'ਚ ਪੰਜਾਬੀ 'ਚ ਚੀਜ਼ਾਂ ਸਮਝ ਲੱਗਣ ਅਬਾਊਟ ਯੂਰ ਫਿਜ਼ੀਕ ਅਬਾਊਟ ਨਿਊਟ੍ਰੀਸ਼ਨ ਹੈ ਨਾ ਤੁਹਾਡੀ ਖੁਰਾਕ ਬਾਰੇ ਡਰੱਗਸ ਬਾਰੇ ਬੋਡੀ ਬਿਲਡਿੰਗ 'ਚ ਕੀ ਚੱਲਦੇ ਨੇ ਇਹ ਸਾਰੀਆਂ ਚੀਜ਼ਾਂ 'ਤੇ ਅਸੀਂ ਇਹਦੀ ਇਹਦੇ ਕੋਰਸਿਸ ਸ਼ੁਰੂ ਕਰਾਂਗੇ। ਬੜੀ ਜਲਦੀ ਵਰਕਸ਼ਾਪ ਸ਼ੁਰੂ ਕਰਾਂਗੇ ਬਟ ਪਹਿਲਾਂ ਸ਼ੋਅ ਜਿੱਤ ਲਈਏ ਉਸ ਨੂੰ ਬਾਹਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਹ ਚੈੱਕ ਕਰੋ ਜ਼ਰਾ ਮੰਮੀ ਜੀ ਹੁਣੀ ਅੱਜ ਲੈ ਗਏ ਆ ਸਪੈਸ਼ਲ ਕਿਸਮ ਦੀ ਡਰਿੰਕ ਬਣਾ ਕੇ। ਕੁਛ ਨਹੀਂ ਆ ਇਹ ਸਿਰਫ ਕੌਫੀ ਆ। ਐਸਪ੍ਰੈਸੋ ਨੂੰ ਅੱਜ ਅਸੀਂ ਆਈਸਡ ਬਣਾ ਤਾ ਚੰਗੀ ਤਰ੍ਹਾਂ। ਯੈਸ ਫੋਮ ਹੀ ਫੋਮ ਹੋ ਗਈ ਤੇ ਇੱਦਾਂ ਦੇਖੋ ਮੱਗ ਜਿਹੜਾ ਬੀਅਰ ਵਾਲਾ ਠੀਕ ਆ ਵਿੱਚ ਇਹਦੇ ਬਲੈਕ ਕੌਫੀ ਮਿੱਠੇ ਦਾ ਕਣ ਦੀ ਫੀਲਿੰਗ ਆਪਾਂ ਇੱਦਾਂ ਲਈ ਦੀ ਆ ਹੈਗਾ ਲਓ ਜੀ ਉਹ ਤੇਰਾ ਵਧੀਆ ਚੀਜ਼ ਆ। ਤੁਸੀਂ ਹੋਰ ਹੈਗੀ ਤਾਂ ਮੰਮੀ ਦੇ ਦਿਓ ਕੋਈ ਨਹੀਂ ਨਾਈਸ ਆ। ਸੋ ਮੈਂ ਕੌਫੀ ਪੀਂਦੇ ਪੀਂਦੇ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਵੀ ਮੈਂ ਕੌਫੀ ਕਿੱਦਾਂ ਪੀਂਦਾ ਜਾਂ ਇਹ ਵੀ ਆ ਅਤੇ ਇੱਦਾਂ ਦੀ ਕੰਸਿਸਟੈਂਸੀ ਜੀ ਬਣ ਜਾਂਦੀ ਆ। ਕਿੱਡੀ ਘੈਂਟ ਲੱਗਦੀ ਦੇਖੋ ਜਿਹਦੀ ਘੈਂਟ ਲੱਗਦੀ ਆ ਬਿਲਕੁਲ ਕੌੜੀ ਵੀ ਨਹੀਂ ਲੱਗਦੀ। ਮਤਲਬ ਜਿਹੜੇ ਤਾਂ ਕੌਫੀ ਦੇ ਕੌਫੀ ਲਵਰ ਨੇ ਉਹਨਾਂ ਨੂੰ ਤਾਂ ਕੌਫੀ ਬਿਲਕੁਲ ਵੀ ਕੌੜੀ ਨਹੀਂ ਲੱਗਦੀ। ਸੋ ਜਿਹੜੀ ਮੈਂ ਕੌਫੀ ਯੂਜ਼ ਕਰਦਾ ਇਟ ਇਜ਼ ਡੈਵਿਡ ਆਫ ਐਸਪ੍ਰੈਸੋ। ਪਹਿਲਾਂ ਤੁਸੀਂ ਘੁੱਟ ਕੁ ਪਾਣੀ ਦੇ ਵਿੱਚ ਪਾਣੀ ਮਤਲਬ ਉਬਾਲ ਲਓ ਉਹਦੇ ਵਿੱਚ ਕੌਫੀ ਪਾ ਲਓ ਉਸ ਤੋਂ ਬਾਅਦ ਬਲੈਂਡਰ ਦੇ ਵਿੱਚ ਆਈਸ ਪਾ ਕੇ ਠੰਡਾ ਪਾਣੀ ਪਾ ਕੇ ਕੌਫੀ ਮਿਕਸ ਕਰਕੇ ਆਹ ਚੀਜ਼ ਬਣ ਜਾਏਗੀ। ਫਿਰ ਤੁਸੀਂ ਐਂ ਸਿਪ ਸਿਪ ਕਰਕੇ ਪੀਓ ਬੜਾ ਮਜ਼ਾ ਆਉਂਦਾ। ਇਹਦੇ ਫਾਇਦੇ ਕੈਫੀਨ ਅਡਿਕਟਡ ਲੋਕਾਂ ਨੂੰ ਇਹਦੇ ਫਾਇਦੇ ਪੁੱਛੋ ਜਾ ਕੇ ਜਿੱਦਾਂ ਅਮਲੀ ਨੂੰ ਬੰਦਾ ਫੀਮ ਦੇ ਫਾਇਦੇ ਪੁੱਛਦਾ ਉੱਦਾਂ ਹੀ।
ਇੱਕ ਤਾਂ ਤੁਹਾਨੂੰ ਸਵੇਰੇ ਸਵੇਰੇ ਉਠਾਉਂਦੀ ਆ, ਕਿਉਂਕਿ ਕੱਲ੍ਹ ਦਾ ਜਿਹੜਾ ਮੇਰਾ ਕਾਰਡੀਓ ਸੀ ਉਹਨੇ ਮੇਰੀ ਐਸੀ ਤੈਸੀ, ਕਾਰਡੀਓ ਕਹਿੰਦਾ ਮੇਰਾ ਲੈਗ ਡੇ ਨੇ ਮੇਰੀ ਐਸੀ ਤੈਸੀ ਬੱਸ ਕਰਾਈ ਨਾ, ਮੇਰੀਆਂ ਅੱਖਾਂ ਦੇਖੋ ਉਹਦੀਆਂ ਖੁੱਲਦੀਆਂ ਨਹੀਂ ਪਈਆਂ। ਸੋ ਪਹਿਲਾਂ ਤਾਂ ਉਹਦੇ ਤੋਂ ਜਗਾਊਗੀ ਮੈਨੂੰ, ਠੀਕ ਨਹੀਂ, ਉਸ ਤੋਂ ਬਾਅਦ ਫਿਰ ਮੈਨੂੰ ਘੰਟਾ ਕੁ ਕਾਰਡੀਓ ਲਵਾਊਗੀ। ਹੁਣੇ ਹਜੇ ਮੈਂ ਫੋਟੋਜ਼ ਕਲਿੱਕ ਕੀਤੀਆਂ, ਮੈਂ ਬੋਡੀ ਇਜ਼ ਲੁਕਿੰਗ ਫਕਿੰਗ ਅਮੇਜ਼ਿੰਗ। ਅਤੇ ਬਾਕੀ ਕਾਰਡੀਓ ਹੁਣ ਲਵਾਊਗੀ, ਕਾਰਡੀਓ ਲਵਾਉਣ ਤੋਂ ਬਾਅਦ ਆਪਾਂ ਫਿਰ ਇੱਕ ਇੱਦਾਂ ਦਾ ਵਧੀਆ ਜਿਹਾ ਪ੍ਰੋਟੀਨ ਸ਼ੇਕ ਬਣਾ ਕੇ ਪੀਵਾਂਗੇ, ਉਹ ਵੀ ਮੈਂ ਤੁਹਾਨੂੰ ਦੱਸੂੰਗਾ। ਉਹ ਵੀ ਤੁਹਾਨੂੰ ਇਸ ਤਰੀਕੇ ਨਾਲ ਮੈਂ ਬਣਾਉਣਾ ਸਿਖਾਊਂਗਾ ਨਾ ਤੁਹਾਨੂੰ, ਵੀ ਤੁਹਾਡੇ ਪ੍ਰੋਟੀਨ ਵਿੱਚੋਂ ਹੀ ਤੁਹਾਨੂੰ ਮਤਲਬ ਐਂ ਸਵਾਦ ਆਉਣਾ ਪੀਣ ਦਾ, ਵੀ ਹਾਂ ਯਾਰ ਮਜ਼ੇ ਆਉਂਦੇ ਆ ਪੀਣ ਦੇ, ਹੁਣ ਪ੍ਰੋਟੀਨ ਵੀ ਵਧੀਆ ਲੱਗਦਾ ਪੀਣਾ। ਐਂਡ ਉਸ ਤੋਂ ਬਾਅਦ ਫਿਰ ਮੀਲ ਵਨ। ਹਾਂਜੀ ਮਹਾਰਾਜ, ਸੋ ਕਾਰਡੀਓ ਤੋਂ ਬਾਅਦ ਇਟਸ ਏ ਗਰੋਸਰੀ ਟਾਈਮ। ਆਪਾਂ ਲੈ ਰਹੇ ਹਾਂ ਜੀ ਇਟਸ ਆਟਾ ਬ੍ਰੈਡ, ਚਿਕਨ ਬ੍ਰੈਸਟ, ਐਂਡ ਉਹ ਪਿੱਛੇ ਪਏ ਔਰਗੈਨਿਕ ਬਰਾਊਨ ਐਗਸ ਜਿਹੜੇ ਹਾਈ ਕੁਆਲਿਟੀ ਆਪਾਂ ਯੂਜ ਕਰਦੇ ਹਾਂ। ਅਤੇ ਅੱਜ ਮੈਂ ਸਲੋਨ ਜਾਣਾ ਸੀਗਾ, ਭਰਾ ਨਾਹਿਦ ਸਾਡਾ ਅੱਜ ਗਿਆ ਹੋਇਆ, ਭਾਅ ਜੀ ਦਸੂਏ, ਸੋ ਹਜਾਮਤ ਕਰਾਵਾਂਗੇ ਫਿਰ। ਹੁਣ ਚੱਲੀਏ ਸਿੱਧੇ ਘਰਾਂ ਨੂੰ, ਇੱਕ ਮੀਲ ਮੈਂ ਖਾ ਲਿਆ ਪੋਸਟ ਵਰਕਆਊਟ, ਇਟਸ ਅ ਗੁੱਡ ਡੇ, ਮਜ਼ਾ ਆ ਰਿਹਾ, ਦਿਨ ਥੋੜ੍ਹੇ ਰਹਿ ਗਏ, ਐਕਸਾਈਟਮੈਂਟ ਔਨ ਨੈਕਸਟ ਲੈਵਲ। ਅਤੇ ਬਾਕੀ ਯੈਸ ਜਸਟ ਇੰਜੋਇੰਗ ਦਾ ਪ੍ਰੋਸੈਸ ਮੈਨ, ਜਿੰਨੀ ਮਿਹਨਤ ਕਰ ਸਕਦੇ ਸੀ ਹਜੇ ਵੀ ਥੋੜ੍ਹੇ ਦਿਨ ਪਏ ਆ ਉੱਦਾਂ ਕਰਨ ਦੇ। ਸਿਰਫ ਤੁਹਾਡੇ ਹੱਥ 'ਚ ਕੀ ਆ, ਮਿਹਨਤ ਕਰਨੀ, ਐਫਰਟ ਕਰਨੇ, ਤੁਹਾਡੇ ਹੱਥ 'ਚ ਕੀ ਨਹੀਂ ਆ, ਰਿਜ਼ਲਟਸ। ਉਸ ਮਿਹਨਤ ਨੂੰ ਪਰਮਾਤਮਾ ਨੇ ਰੰਗ ਭਾਗ ਕਿੰਨੇ ਕੁ ਲਾਉਣੇ ਆ ਉਹ ਹੀ ਜਾਣਦਾ, ਜਿੰਨਾ ਤੁਹਾਡੇ ਕਰਮਾਂ 'ਚ ਆ ਉਹ ਤੁਹਾਨੂੰ ਮਿਲਣਾ, ਜੋ ਨਹੀਂ ਆ ਉਹ ਤੁਸੀਂ ਹੱਥ 'ਤੇ ਹੱਥ ਧਰ ਕੇ ਬਹਿ ਕੇ ਬੈਠੇ ਨਹੀਂ ਰਹਿ ਸਕਦੇ। ਸੋ ਐਫਰਟ ਕਰਨੀ ਬੰਦ ਨਹੀਂ ਕਰਨੀ, ਮਿਹਨਤ ਕਰਨੀ ਬੰਦ ਨਹੀਂ ਕਰਨੀ, ਇਹ ਸੋਚ ਕੇ ਵੀ ਪਰਮਾਤਮਾ ਨੇ ਦੇਣਾ, ਜੋ ਦੇਣਾ ਜੋ ਰਿਜ਼ਲਟ ਆ ਉਹਨੇ ਦੇਣਾ, ਪਰ ਨਹੀਂ, ਐਫਰਟ ਕਰਨਾ ਆਪਣਾ ਫਰਜ਼ ਆ, ਐਫਰਟ ਨੂੰ ਫਲ ਲਾਉਣੇ ਅਤੇ ਉਹਦੀ ਰਜ਼ਾ ਮਿਲਦੇ ਆ ਫਿਰ ਘਰੇ ਜਾ ਕੇ ਰਸੋਈ ਦੇ ਵਿੱਚ। ਨਵੇਂ ਜੀ ਨਾ ਕਹਿੰਦੇ ਬੋਡੀ ਬਿਲਡਿੰਗ ਔਖੀ ਗੇਮ ਆ, ਕਿਉਂਕਿ ਇਹਦੇ 'ਚ ਮਹਾਰਾਜ ਖਾਣਾ ਘੱਟ ਅਤੇ ਵਾਹੁਣਾ ਜ਼ਿਆਦਾ, ਸਰੀਰ ਬਿਨਾਂ ਖੁਰਾਕ ਤੋਂ ਤੁਰਦੇ ਕਿਤੇ, ਬਾਕੀ ਗੇਮਾਂ 'ਚ ਖਾਓ ਪੀਓ ਵੀ ਰੱਜ ਕੇ, ਅਸੀਂ ਵੀ ਖਾਂਦੇ ਪੀਂਦੇ ਹਾਂ, ਪਰ ਸਾਡਾ ਔਖਾ ਕੰਮ ਲੋ ਕੈਲਰੀਸ, ਇਹਨਾਂ ਚੀਜ਼ਾਂ ਸਮਝਿਆ ਕਰੋ। ਐਵੇਂ ਕਿਸੇ ਨੂੰ ਕਮੈਂਟ ਕਰਨ ਤੋਂ ਪਹਿਲਾਂ ਸਟੀਰੋਇਡ ਆ, ਡੱਬੇ ਖਾਧੇ ਆ, ਉਹ ਜਿਹੜੇ ਮਗਰ ਪਏ ਹੈਂ, ਇੱਦਾਂ ਦੀਆਂ ਚੀਜ਼ਾਂ ਅਗਲੇ ਨੂੰ ਕਹਿਣ ਤੋਂ ਪਹਿਲਾਂ ਸੋਚਿਆ ਕਰੋ ਵੀ ਉਹਦਾ ਪਿੱਛੇ ਲੋਟ ਫਾੜ ਹੋ ਜੀ। ਸ਼ਾਮ ਦੇ ਵੱਜ ਗਏ 6 ਅਤੇ ਮਾਈ ਮੀਲ 3, ਸ਼ਾਮ ਤੱਕ ਆਉਂਦੇ ਆਉਂਦੇ ਐਨਰਜੀ ਇੰਨੀ ਲੋਅ ਹੋ ਜਾਂਦੀ ਆ, ਬਿਕੋਜ਼ ਬੋਡੀ ਦਾ ਜਿਹੜਾ ਮੈਟਾਬੋਲਿਕ ਰੇਟ ਆ ਉਹ ਇੰਨਾ ਫਾਸਟ ਆ, ਜਿਹੜੇ ਕੱਲ੍ਹ ਦੇ ਖਾਧੇ ਹੋਏ ਕਾਰਬ ਉਹ ਪਤਾ ਹੀ ਨਹੀਂ ਲੱਗੇ ਕਿੱਧਰ ਗਏ। ਕਹਿਣ ਦਾ ਮਤਲਬ ਸਿੰਪਲ ਲੈਂਗੁਏਜ ਦੇ ਵਿੱਚ ਇਹ ਆ ਵੀ ਜਿੱਦਾਂ ਇੱਕ ਪਾਵਰਫੁੱਲ ਇੰਜਨ ਦੀ ਮਾਈਲੇਜ ਘੱਟ ਹੁੰਦੀ ਨਾ, ਵੀ ਐਵਰੇਜ ਘੱਟ ਦਿੰਦੇ ਆ ਵੱਡੀਆਂ ਗੱਡੀਆਂ, ਕਿਉਂਕਿ ਇੰਜਨ ਤਕੜੇ ਆ ਉਹਨਾਂ ਦੇ, ਅਤੇ ਉਹ ਐਵਰੇਜ ਸਾਰੀ ਜਿੱਦਾਂ ਹੁਣ ਥਾਰ ਦੀ ਐਵਰੇਜ 8-10 ਦੀ ਹੋਊਗੀ ਵੱਧ ਤੋਂ ਵੱਧ ਨਵੀਆਂ ਥਾਰਾਂ ਦੀ, ਕਿਉਂਕਿ ਇੰਜਨ ਬਹੁਤ ਪਾਵਰਫੁੱਲ ਆ, ਪਾਵਰਫੁੱਲ ਗੱਡੀਆਂ ਕੰਪੈਰੇਟਿਵਲੀ। ਸਾਡੀ ਮੇਰੀ ਗੱਡੀ ਆ ਹੋਂਡਾ ਅਮੇਜ਼, ਇਹ ਦਊਗੀ 16-18 ਦੀ ਐਵਰੇਜ, ਇਹ ਥੋੜ੍ਹਾ ਘੱਟ ਤੇਲ ਕੰਜ਼ਿਊਮ ਕਰਦੀ ਆ। ਹੁਣ ਇੰਜਨ ਅੰਦਰ ਲੱਗੇ ਪਏ ਪਾਵਰਫੁੱਲ, ਉਹ ਕੰਮ ਜ਼ਿਆਦਾ ਕਰਦੇ ਪਏ ਆ ਔਰਗਨਸ ਨੂੰ ਚਲਾਉਣ ਲਈ, ਫੈਟ ਬਰਨ ਕਰਨ ਲਈ, ਜਾਂ ਜਿਹੜਾ ਸਾਡਾ ਡੇਲੀ ਕੈਲਰੀ ਐਕਸਪੈਂਡੀਚਰ ਹੁੰਦਾ ਉਹ ਵਾਲਾ ਜ਼ਿਆਦਾ। ਸੋ ਬੋਡੀ ਦਾ ਜਿਹੜਾ ਮੈਟਾਬੋਲਿਕ ਰੇਟ ਆ ਉਹ ਬਹੁਤ ਫਾਸਟ ਆ, ਉਹਦੇ ਕਰਕੇ ਜਿਹੜੇ ਲਾਸਟ ਮੀਲ ਖਾਧੇ ਹੋਏ ਕੱਲ੍ਹ ਦੇ ਕਾਫ ਦੇ ਪਤਾ ਵੀ ਨਹੀਂ ਲੱਗੇ ਕਿੱਧਰ ਗਏ, ਵੀ ਮੈਂ ਹੁਣ ਉੱਠਿਆ ਆਈ ਫੀਲ ਸੋ ਵੀਕ, ਬਟ ਦੈਟਸ ਹਾਓ ਵੀ ਸਰਵਾਈਵ, ਐਂਡ ਇਟਸ ਅਗੇਨ ਮੀਲ। ਇਹਦੇ 'ਚ ਵੈਜਿਸ ਨੇ ਤਾਂ 150 ਗ੍ਰਾਮ ਚਿਕਨ ਆ, ਲੈਟਸ ਈਟ ਇਟ। ਇਸ ਸਟੇਜ 'ਤੇ ਆ ਕੇ ਵੀ ਤੁਹਾਨੂੰ ਜਦੋਂ ਤੁਸੀਂ 2 weeks ਆਊਟ ਰਹਿ ਗਏ ਆਲਮੋਸਟ, ਅਤੇ 3 weeks ਆਊਟ ਰਹਿ ਗਏ ਆਲਮੋਸਟ, ਵੀ ਤੁਹਾਨੂੰ ਹਾਰਡ ਪੁਸ਼ ਕਰਨਾ ਪੈ ਰਿਹਾ, ਅਤੇ ਸਗੋਂ ਮੇਰਾ ਤਾਂ ਕਾਰਡੀਓ ਵੀ ਘੱਟ ਗਿਆ ਹੈ ਨਾ, ਅਤੇ ਮੇਰੇ ਤਾਂ ਕਾਰਬ ਵੀ ਥੋੜ੍ਹੇ ਥੋੜ੍ਹੇ ਜਿਹੇ, ਹੁਣ ਅਸੀਂ ਪਹਿਲਾਂ 0 'ਤੇ ਗਏ ਸੀਗੇ, ਫਿਰ ਅਸੀਂ 50 ਗ੍ਰਾਮ ਕੀਤੇ, ਹੁਣ 75 ਗ੍ਰਾਮ 'ਤੇ ਹਾਂ। ਇਟ ਮੀਨਸ ਜੇ ਤੁਸੀਂ ਇਸ ਸਟੇਜ 'ਤੇ ਆ ਕੇ ਆਪਣੇ ਆਪ ਨੂੰ ਹੋਰ ਪੁਸ਼ ਕਰ ਰਹੇ ਹੋ, ਇਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਪਹਿਲਾਂ ਆਪਣਾ ਹੋਮਵਰਕ ਕੀਤਾ ਨਹੀਂ ਚੰਗੀ ਤਰ੍ਹਾਂ, ਪਹਿਲਾਂ ਤੁਸੀਂ ਮਿਹਨਤ ਕੀਤੀ ਨਹੀਂ। ਸੋ ਪਹਿਲਾਂ ਮਿਹਨਤ ਇੰਨੀ ਕੁ ਕਰੋ ਵੀ ਲਾਸਟ 'ਚ ਆ ਕੇ ਤੁਹਾਨੂੰ
ਇਹ ਸਾਰੀ ਚੀਜ਼ਾਂ 'ਚ ਐਕਸਪੈਰੀਮੈਂਟ ਕਰਨ ਦੀ ਲੋੜ ਪਵੇ ਨਾ। ਹੋਪ ਕਿ ਮੇਰੇ ਬਣਾਈਆਂ ਵੀਡੀਓਜ਼ ਤੁਹਾਡੇ ਥੋੜ੍ਹੀਆਂ ਬਹੁਤ ਕਿਸੇ ਕੰਮ ਆਉਂਦੀਆਂ ਹੋਣਗੀਆਂ, ਕੁਛ ਤੁਹਾਨੂੰ ਸਿੱਖਣ ਨੂੰ ਮਿਲਦਾ ਹੋਊਗਾ। ਅਤੇ ਬਾਕੀ ਬਹੁਤ ਸਾਰੇ ਲੋਕ ਕਹਿ ਰਹੇ ਨੇ ਵੀ ਤੁਸੀਂ ਹਿੰਦੀ ਦੇ ਵਿੱਚ ਵੀਡੀਓਜ਼ ਬਣਾਓ। ਮੈਂ ਜਿਵੇਂ ਕਿਹਾ ਸੀਗਾ ਵੀ ਆਹ ਪ੍ਰੈਪ ਤਾਂ ਮੈਂ ਪੰਜਾਬੀ 'ਚ ਰਿਕਾਰਡ ਕਰੂੰ, ਸੋ ਪੰਜਾਬੀ 'ਚ ਚੱਲ ਰਿਹਾ ਮੇਰੇ ਵੀਰੋ। ਅਤੇ ਮੇਰੇ ਪੰਜਾਬੀ ਭਰਾਓ ਬਾਹਰ ਰਹਿੰਦੇ, ਸਪੈਸ਼ਲੀ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ, ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਮਹਾਰਾਜ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੂੰਗੇ। ਅਤੇ ਤਾਂ ਹੀ ਪੰਜਾਬੀ ਦੇ ਵਿੱਚ ਮੈਂ ਇਨਫੋਰਮੇਟਿਵ ਕੰਟੈਂਟ ਲੈ ਕੇ ਆ ਸਕਾਂਗਾ ਤੁਹਾਡੇ ਤੱਕ। ਬਿਕੋਜ਼ ਜੇ ਇਹ ਨਾ ਐਕਸਪੈਰੀਮੈਂਟ ਹੀ ਆ, ਜੇ ਨਾ ਚੱਲਿਆ ਤਾਂ ਫਿਰ ਆਪਾਂ ਨੂੰ ਨਾ ਚਾਹੁੰਦੇ ਹੋਏ ਵੀ ਵੀਡੀਓਜ਼ ਹਿੰਦੀ 'ਚ ਬਣਾਉਣੀਆਂ ਪੈਣਗੀਆਂ। ਸੋ ਤੁਸੀਂ ਪਲੀਜ਼ ਕਿਰਪਾ ਕਰੋ ਅਤੇ ਥੋੜ੍ਹਾ ਬਹੁਤ ਇਸ ਚੈਨਲ ਨੂੰ ਸਪੋਰਟ ਕਰੋ, ਥੋੜ੍ਹਾ ਬਹੁਤ ਨਹੀਂ, ਜ਼ਿਆਦਾ ਭਰ ਭਰ ਕੇ ਸਪੋਰਟ ਕਰੋ। ਐਂਡ ਯੈਸ, ਆਪਾਂ ਹੁਣ ਦੀਵਾਲੀ ਦੇ ਨੇੜੇ ਇੱਕ ਦੀਵਾਲੀ ਔਫਰ ਕੱਢ ਰਹੇ ਹਾਂ ਸਪੈਸ਼ਲ ਫੋਰ ਯੂ ਗਾਇਸ, ਫੈਸਟਿਵ ਸੀਜ਼ਨ, 50% ਔਫ ਔਨ 12 ਵੀਕ ਪ੍ਰੋਗਰਾਮ। ਸੋ 12 ਵੀਕ ਦੀ ਜਿਹੜੀ ਸਾਡੀ ਟ੍ਰੇਨਿੰਗ ਪ੍ਰੋਗਰਾਮ ਆ, ਇਟ ਕੋਸਟ 30,000, ਜਿਹੜੀ ਕਿ 50% ਡਿਸਕਾਊਂਟ ਤੋਂ ਬਾਅਦ ਤੁਹਾਨੂੰ ਮਿਲੂਗੀ ਸਿਰਫ 14,999 ਰੁਪਏ ਦੇ ਵਿੱਚ। ਸੋ ਗੋ ਵਟਸਐਪ ਐਟ ਦਿਸ ਗਿਵਨ ਨੰਬਰ ਜਿਹੜਾ ਥੱਲੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ। ਤੁਸੀਂ ਮੇਰਾ ਮੋਢਾ ਥੱਕ ਗਿਆ ਯਾਰ। ਸੋ ਗੁੱਡ ਨਾਈਟ ਆ, ਮਿਲਦੇ ਹਾਂ ਫਿਰ, ਸਤਿ ਸ਼੍ਰੀ ਅਕਾਲ। ਮੇਰਾ ਲਾਸ਼ਮੀ ਲੈਂਦਾ ਮੈਂ ਖਾ ਲਾ।